ਲੋ ਵੀ ਮਿੱਤਰੋ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਆਪਾਂ ਬੋਰ ਕਰਾ ਰਹੇ ਸੀ ਅਤੇ ਜਲ ਪੀਰ ਦੀ ਮਿਹਰ ਹੋਈ ਆ, ਬੋਰ ਸੌਖਾ ਹੀ ਨਿਕਲ ਆਇਆ ਅਤੇ ਹਲੇ ਰੇਤਾ ਵਾਲੀ ਪਾਣੀ ਹੀ ਆ ਰਿਹਾ ਵਾ, ਸਾਫ਼ ਪਾਣੀ ਨਹੀਂ ਆ ਰਿਹਾ। ਅਤੇ ਜਿੱਦਾਂ ਹੀ ਸਾਫ਼ ਹੋਣਾ ਆ ਫਿਰ ਇਸ ਸਾਫ਼ ਪਾਣੀ ਦਾ ਆਪਾਂ ਦਲੀਆ ਬਣਾ ਕੇ ਪ੍ਰਸ਼ਾਦ ਚੜ੍ਹਾਵਾਂਗੇ, ਜਿਵੇਂ ਕਿ ਆਪਣੇ ਹੁੰਦਾ ਆ ਕਿ ਕਲਚਰ 'ਚ ਘਰ 'ਚ ਕੋਈ ਮਿੱਠੀ ਚੀਜ਼ ਬਣਾਉਂਦੇ ਆ, ਜਦੋਂ ਘਰ 'ਚ ਬੋਰ ਕਰਾਈਏ ਤਾਂ ਉਸ ਪਾਣੀ ਦੀ ਕੋਈ ਮਿੱਠੀ ਚੀਜ਼ ਬਣਾਈ ਜਾਂਦੀ ਆ। ਉਹ ਜਰਨੇਟਰ ਆ ਅਤੇ ਉਹ ਮਸ਼ੀਨ ਆ, ਇਹ ਹੈਗਾ ਠੋਕਵਾਂ ਬੋਰ ਅਤੇ ਛੋਟੇ ਲੈਵਲ 'ਤੇ ਹੀ ਆ ਗਿਆ ਸੀ ਪਾਣੀ, ਨਹੀਂ ਤਾਂ ਬਹੁਤ ਬਹੁਤ ਟਾਈਮ ਲੱਗ ਜਾਂਦਾ ਵਾ। ਤੁਸੀਂ ਦੇਖ ਸਕਦੇ ਹੋ ਪੈਪ ਪਾਈ ਹੋਈ ਆਪਾਂ, ਇੱਕ ਗੱਲ ਦਾ ਧਿਆਨ ਰੱਖਣਾ, ਬੋਰ ਵਾਲੀ ਜਗ੍ਹਾ 'ਤੇ ਕਦੀ ਵੀ ਚੱਪਲ ਲੈ ਕੇ ਨਹੀਂ ਜਾਣਾ, ਠੀਕ ਆ ਜੀ। ਚਾਲੀ ਪੰਜਾਹ ਫੁੱਟ 'ਤੇ ਆ ਗਿਆ ਬੋਰ, ਅਤੇ ਹਮੇਸ਼ਾ ਬੋਰ ਵਾਲੀ ਜਗ੍ਹਾ 'ਤੇ ਦੀਵੇ ਆ ਜਗਾ ਕੇ ਰੱਖਣਾ, ਅਤੇ ਦੀਵਾ ਜਗਦਾ ਰਹੇਗਾ, ਪੈਰਾ ਰਹਿੰਦਾ ਆ, ਅਤੇ ਜਦੋਂ ਵੀ ਪੂਰਾ ਖਿਆਲ ਰੱਖਦੀ ਆ ਕੋਈ ਅਣਜਾਣ ਬੰਦਾ ਨਾਲ। ਓਹੋ ਦੇਖੋ ਚੜਾਤਾ ਪੜਨ ਦਿੰਦੀ ਇਹਨੂੰ।